ਪੰਜਾਬ 'ਚ ਬਹੁਤ ਜਲਦੀ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਵਾਲਾ, ਹੋ ਸਕਦਾ ਮਹੀਨੇ ਤੱਕ ਜਾਂ ਅਗਲੇ ਸਾਲ ਤੱਕ ਇਹ ਪੰਚਾਇਤੀ ਚੋਣਾਂ ਪੰਜਾਬ 'ਚ ਹੋਣਗੀਆਂ। ਇਸ ਸੰਬੰਧ ਦੇ ਵਿੱਚ ਅਸੀਂ ਆਪਣੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਟੂਨ ਚੈਨਲ ਸਟੂਡੀਓ ਵਿੱਚ ਸਾਡੇ ਦਰਮਿਆਨ ਪੰਜਾਬ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਜੀ ਦਰਵੇਸ਼ ਪਿੰਡ ਸਾਡੇ ਦਰਮਿਆਨ ਪਹੁੰਚੇ ਨੇ। ਆਓ ਉਹਨਾਂ ਨਾਲ ਕੁਛ ਗੱਲਬਾਤ ਕਰੀਏ, ਉਹਨਾਂ ਦੀ ਜ਼ਿੰਦਗੀ ਦੀ ਘਾਲਣਾ ਬਾਰੇ ਕੁਛ ਗੱਲਬਾਤ ਕਰੀਏ, ਕਿਸ ਤਰੀਕੇ ਨਾਲ ਪਾਰਟੀ ਨੂੰ ਉਹ ਹੋਰ ਅੱਗੇ ਲਿਜਾ ਰਹੇ ਨੇ ਇਹਦੇ ਬਾਰੇ ਅਸੀਂ ਆਪਣੇ ਪ੍ਰਧਾਨ ਜੀ ਨਾਲ ਗੱਲ ਕਰਾਂਗੇ। ਪ੍ਰਧਾਨ ਜੀ ਨਮਸਕਾਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜਿਹੜਾ ਮੈਨੂੰ ਇਸ 'ਤੇ ਲਾਇਕ ਸਮਝਿਆ, ਅਤੇ ਮੈਨੂੰ ਬਹੁਤ ਖੁਸ਼ੀ ਹੈ ਵੀ ਅੱਜ ਤੁਹਾਡੇ ਸਟੂਡੀਓ ਵਿੱਚ ਆ ਕੇ ਪੇਰੂਬਰੂ ਹੋਣ ਦੀ ਜੀ। ਰਾਜੂ ਜੀ, ਅੱਜ ਮੈਂ ਦੇਖ ਰਿਹਾ ਜਾਂ ਤੁਹਾਡੇ ਚਿਹਰੇ ਵੱਲ ਦੇਖ ਰਿਹਾ ਅਤੇ ਮੈਨੂੰ ਨਜ਼ਰ ਆਇਆ ਕਿ ਨੌਜਵਾਨ ਲੜਕਾ ਜਿਹਨੇ ਕਿ ਐਡੀ ਵੱਡੀ ਪਾਰਟੀ ਨੈਸ਼ਨਲ ਪਾਰਟੀ ਦੀ ਕਮਾਂਡ ਫਗਵਾੜਾ ਸੰਭਾਲੀ ਹੈ, ਥੋੜ੍ਹਾ ਸਾਨੂੰ ਦੱਸੋਗੇ ਕਿ ਤੁਸੀਂ ਕਦੋਂ ਤੋਂ ਪਾਰਟੀ ਜੁਆਇਨ ਕੀਤੀ ਔਰ ਵਿਸ਼ੇਸ਼ ਤੌਰ 'ਤੇ ਜਿਹੜੀ ਪ੍ਰਧਾਨਗੀ ਦਾ ਅਹੁਦਾ ਤੁਸੀਂ ਕਦੋਂ ਸੰਭਾਲਿਆ? ਮੈਂ 2003 ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ ਔਰ ਮੈਨੂੰ ਪਹਿਲਾਂ ਮਾਨ ਸਾਹਿਬ ਨੇ, ਸਰਦਾਰ ਜੋਗਿੰਦਰ ਸਿੰਘ ਜੀ ਮਾਨ ਜਿਹੜੇ ਉਸ ਟਾਈਮ ਕੈਬਨਿਟ ਮਿਨਿਸਟਰ ਸੀ, ਉਹਨਾਂ ਨੇ ਮੈਨੂੰ ਜ਼ਿਲ੍ਹਾ ਮਨੁੱਖੀ ਅਧਿਕਾਰ ਸੈੱਲ ਦਾ ਪ੍ਰਧਾਨ 2006 ਦੇ ਵਿੱਚ ਬਣਾਇਆ ਸੀ। ਉਸ ਤੋਂ ਬਾਅਦ ਜੋ ਵੀ ਪਾਰਟੀ ਦਾ ਹੁਕਮ ਜਦਾ ਆਇਆ ਮੈਂ ਉਹ ਪਾਰਟੀ ਦੇ ਕੰਮ ਕੀਤਾ ਔਰ 2014 ਦੇ ਵਿੱਚ ਜਿਹੜਾ ਬਲੌਕ ਕਾਂਗਰਸ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ। ਜਦੋਂ ਤੁਸੀਂ ਕਮਾਂਡ ਸੰਭਾਲੀ 2014 ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਵੀ ਨਜ਼ਰਸਾਨੀ ਕੀਤੀ ਹੈ, ਸਾਡਾ ਮੀਡੀਆ ਵੀ ਨਜ਼ਰਸਾਨੀ ਕਰਦਾ ਆ ਰਿਹਾ, ਅਤੇ ਉਸ ਤੋਂ ਬਾਅਦ ਹੁਣ ਤੁਹਾਡੇ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਪਿੰਡਾਂ ਵਿੱਚ ਖਾਸ ਤੌਰ 'ਤੇ ਹੈ ਉਹ ਦੇਖ ਰਿਹਾ ਕਿ ਬਹੁਤ ਵਿਕਸਿਤ ਹੋ ਰਹੀ ਹੈ, ਕਾਫੀ ਕੰਮ ਕਰ ਰਹੇ ਤੁਸੀਂ, ਤੁਹਾਡੀ ਲਗਨ ਹੈ, ਤੁਹਾਡੀ ਮਿਹਨਤ ਹੈ, ਅਤੇ ਤੁਸੀਂ ਉਸ ਲਗਨ ਅਤੇ ਮਿਹਨਤ ਵੱਲ ਨੂੰ ਕਿੱਦਾਂ ਪ੍ਰੇਰਿਤ ਹੋਏ? 2007 ਤੋਂ ਬਾਅਦ ਕਾਂਗਰਸ ਸਰਕਾਰ ਨਹੀਂ ਆਈ, 2007 ਤੋਂ 2017 ਤਾਈਂ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਆ ਔਰ ਜੋ ਵੀ ਪਾਰਟੀ ਦਾ ਹੁਕਮ ਆਉਂਦਾ ਰਿਹਾ ਉਹ ਕਰਦੇ ਨੇ। 2014 ਦੇ ਵਿੱਚ ਜਦੋਂ ਮੈਨੂੰ ਬਲੌਕ ਪ੍ਰਧਾਨ ਬਣਾਇਆ, ਉਹਨਾਂ ਨੇ ਮੇਰੇ ਕੰਮ ਦੇਖ ਕੇ ਮੈਨੂੰ ਬਣਾਇਆ ਔਰ ਮੈਂ ਜੋ ਵੀ ਪਾਰਟੀ PPC ਦੇ ਹੁਕਮ ਆਉਂਦੇ ਸੀ, ਚਾਹੇ ਉਹ ਧਰਨੇ ਸੀ ਚਾਹੇ ਉਹ ਰੈਲੀਆਂ ਸੀ, ਮੈਂ ਵੱਧ ਤੋਂ ਵੱਧ ਉਹਦੇ ਵਿੱਚ ਆਪਣੇ ਵਰਕਰ ਆਪਣੇ ਜਿਹੜੇ ਨਾਲ ਮੇਰੇ ਵੀਰ ਆ ਉਹਨਾਂ ਨੂੰ ਲੈ ਕੇ ਗਿਆ ਔਰ ਮਿਹਨਤ ਕੀਤੀ ਔਰ ਮਿਹਨਤ ਕਰਕੇ 2017 ਦੀ ਇਲੈਕਸ਼ਨ ਹੋਈ ਆ। ਚਲੋ ਸਾਡੀ ਕਿਸਮਤ ਸੀ ਬਗੇ, ਪਰ ਕੈਪਟਨ ਅਮਰਿੰਦਰ ਸਿੰਘ ਦੀ ਫਿਰ ਸਰਕਾਰ ਬਣੀ ਔਰ ਸਰਕਾਰ ਬਣਨ ਤੋਂ ਬਾਅਦ 1.5 ਸਾਲ ਪੌਣੇ 2 ਸਾਲ ਦੇ ਕਰੀਬ ਹੋ ਗਏ, ਅਸੀਂ ਕਦੇ ਵੀ ਮਹਿਸੂਸ ਨਹੀਂ ਕੀਤਾ ਵੀ ਅਸੀਂ ਹਾਰ ਗਏ ਹਾਂ। ਅਸੀਂ ਹਾਰਨ ਦੇ ਬਾਵਜੂਦ ਵੀ ਪਹਿਲਾਂ ਨਾਲ ਵੀ ਵੱਧ ਲੋਕਾਂ ਦੇ ਵਿੱਚ ਵਿਚਰਦੇ ਹਾਂ ਔਰ ਕੰਮ ਕਰਦੇ ਹਾਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਸੁਪਨਾ ਵਿਕਾਸ ਔਰ ਜੋ ਸਾਡੇ ਫਗਵਾੜਾ ਹਲਕੇ ਦੀ ਨੁਮਾਇੰਦਗੀ ਕਰਦੇ ਸਰਦਾਰ ਜੋਗਿੰਦਰ ਸਿੰਘ ਜੀ ਮਾਨ, ਉਹਨਾਂ ਦਾ ਵੀ ਮੁੱਖ ਏਜੰਡਾ ਹੈ ਪਿੰਡਾਂ ਦਾ ਚਾਹੇ ਸ਼ਹਿਰਾਂ ਦਾ ਵਿਕਾਸ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ 2017 ਦੇ ਵਿੱਚ ਮਾਨ ਸਾਹਿਬ ਦੀ ਹਾਰ ਹੋਈ ਹੈ, ਕੁਛ ਵੀ ਕਾਰਨ ਹੋਣਗੇ, ਕਈ ਕਾਰਨ ਹੁੰਦੇ ਉਹਦੇ ਪਿੱਛੇ, ਲੇਕਿਨ ਇੱਕ ਕਾਰਨ ਜੋ ਨਜ਼ਰ ਆਇਆ ਕਿ ਤੁਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹੋ ਕਿ ਪਾਰਟੀ ਦੇ ਕੁਛ ਫੁੱਟ ਨੇ ਸਾਨੂੰ ਨੁਕਸਾਨ ਦਿੱਤਾ? ਨਹੀਂ, ਫੁੱਟ ਤਾਂ ਦੇਖੋ ਜੀ, ਹਰੇਕ ਘਰ ਦੇ ਵਿੱਚ ਜੇ ਭਾਂਡੇ ਦੋ ਤਾਂ ਖੜਕਦੇ ਹੀ ਆ, ਚਲੋ ਫੁੱਟ ਤਾਂ ਨਹੀਂ ਵੀ ਕਹਿ ਸਕਦਾ ਮੈਂ, ਕਿਉਂਕਿ ਮਾਨ ਸਾਹਿਬ ਦਾ ਵੈਸੇ ਹੀ ਇਹ ਹੈ ਵੀ ਹਰੇਕ ਦੇ ਨਾਲ ਪਿਆਰ, ਚਾਹੇ ਉਹ ਅਕਾਲੀ ਦਲ BJP ਕੋਈ ਵੀ ਆ, ਉਹਨਾਂ ਨਾਲ ਪਿਆਰ ਰੱਖਦਾ, ਜੇ ਪਾਰਟੀ ਆਪਣੀ ਜਗ੍ਹਾ ਹੈ। ਜਿਹੜੇ ਬੰਦਿਆਂ ਨੇ ਪਾਰਟੀ ਦੇ ਵਿੱਚ ਰਹਿਣ ਦੇ ਬਾਵਜੂਦ ਪਾਰਟੀ ਦੇ ਪੈਟੇ ਦੇ ਛੁਰਾ ਮਾਰਿਆ, ਉਹ ਫੁੱਟੇ ਹੀ, ਉਹਦਾ ਪਤਾ ਹੀ ਸੀ। 2017 ਦੇ ਵਿੱਚ ਕੁਛ ਹੈਗੇ ਜਿਹੜੇ ਆਪਣੇ ਆਪ ਨੂੰ ਸਾਡੇ ਲੀਡਰ ਕਹਾਉਂਦੇ ਆ ਔਰ PPC ਦੇ ਕੋਈ ਜਨਰਲ ਸੈਕਟਰੀ ਆ, ਕੋਈ ਉਹ ਵੱਡੇ ਅਹੁਦਿਆਂ ਦੇ ਲਈ ਬੈਠਿਆ, ਪਰ ਉਹਨਾਂ ਨੇ ਕਾਂਗਰਸ ਦੀ ਪਿੱਠ 'ਤੇ ਛੁਰਾ ਮਾਰਿਆ 2017 ਦੇ ਵਿੱਚ। ਇਹ ਛੁਰਾ ਵੀ ਪਿੱਠ ਦੇ ਵਿੱਚ ਮਾਰਿਆ ਗਿਆ, ਲੇਕਿਨ ਉਸ ਦੇ ਬਾਵਜੂਦ ਦੇਖਿਆ ਕਿ ਤੁਸੀਂ ਕਾਂਗਰਸ ਪਾਰਟੀ ਨੇ ਰਿਕਵਰੀ ਕੀਤੀ ਬਹੁਤ ਜਲਦੀ, ਕਿਉਂਕਿ 2017 'ਚ ਕਾਂਗਰਸ ਪਾਰਟੀ ਦੇ MLA ਹਾਰ ਗਿਆ, BJP ਦੇ MLA ਜਿੱਤਿਆ, ਲੇਕਿਨ ਉਸ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਅਤੇ ਉਹਦੇ 'ਚ ਦੇਖਿਆ ਕਿ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਉਹ 'ਚ ਪਰਫੋਰਮੈਂਸ ਦਿੱਤੀ ਹੈ, ਅਤੇ ਉਹਦੇ 'ਚ ਦਲਜੀਤ ਰਾਜੂ ਦਾ ਨਾਮ ਵੀ ਆਉਂਦਾ ਕਿ ਇਹ ਸਭ ਕਰਨ ਦੇ ਵਿੱਚ, ਕਿਉਂਕਿ ਪਿੰਡਾਂ ਦੀ ਇਲੈਕਸ਼ਨ ਸੀ, ਚੋਣਾਂ ਸੀ, ਅਤੇ ਦਲਜੀਤ ਰਾਜੂ ਨੇ ਬੜੀ ਮਿਹਨਤ ਕੀਤੀ ਹੈ, ਇਹਦੇ ਬਾਰੇ ਕੁਛ ਸਾਨੂੰ ਦੱਸੋ ਕਿਸ ਤਰੀਕੇ ਨਾਲ ਤੁਸੀਂ ਉਹ ਇਲੈਕਸ਼ਨ ਜਿੱਤੀਆਂ? ਜਿਹੜਾ ਪਿੰਡਾਂ ਦੇ ਵਿੱਚ ਹਮੇਸ਼ਾ ਇਹ ਆਉਂਦਾ ਸੀ ਵੀ ਪਿੰਡਾਂ 'ਚੋਂ ਕਾਂਗਰਸ ਹਾਰਦੀ ਆ ਅਤੇ ਸ਼ਹਿਰਾਂ 'ਚੋਂ ਆ ਕੇ ਜਿੱਤਦੀ ਆ। 2017 ਦੇ ਵਿੱਚ ਵੀ ਪਿੰਡਾਂ 'ਚੋਂ ਕਰੀਬ 3300-3400 ਵੋਟ 'ਤੇ ਅਸੀਂ ਪਿੰਡਾਂ 'ਚੋਂ ਹਾਰ ਕੇ ਆਏ ਹਾਂ। ਉਸ ਤੋਂ ਬਾਅਦ ਅਸੀਂ ਜਿਹੜੀ ਹੁਣ ਬਲਾਕ ਸੰਮਤੀ ਆ ਉਹਨੂੰ ਕਵਰ ਕੀਤਾ, ਜਿਹੜੀਆਂ ਸਾਡੀਆਂ ਕਮੀਆਂ ਸੀ, ਇੱਕ ਤਾਂ 10 ਸਾਲ ਹੀ ਸੱਤਾ ਤੋਂ ਬਾਹਰ ਸੀ, ਲੋਕਾਂ ਦੇ ਕੰਮ ਨਹੀਂ ਕਰ ਸਕੇ ਜੋ ਬਣਦੇ ਸੀ ਰਾਈਟ, ਪਰ ਜੋ ਸਾਨੂੰ ਸਮਾਂ ਮਿਲਿਆ ਹਾਰਨ ਤੋਂ ਬਾਅਦ
ਸਾਡੇ ਕੋਲ ਸਵਾ ਡੇਢ ਸਾਲ ਜਿਹੜਾ ਟਾਈਮ ਹੈਗਾ ਸੀ, ਅਸੀਂ ਲੋਕਾਂ ਦੇ ਕੰਮ ਕੀਤੇ, ਜਿਹੜਾ ਮੁੱਖ ਕੰਮਾਂ ਦੇ ਆਧਾਰ 'ਤੇ ਸਾਨੂੰ ਇਸ ਕਰੀਬ 8,000 ਦੇ ਕਰੀਬ ਅਸੀਂ ਵੋਟਾਂ ਨਾਲ ਪਿੰਡਾਂ 'ਚੋਂ ਪਹਿਲੀ ਵਾਰੀ ਇਤਿਹਾਸ 'ਚ ਹੋਇਆ। 15 ਬਲਾਕ ਸਮਿਤੀ ਔਰ 2 ਜ਼ਿਲ੍ਹਾ ਪਰਿਸ਼ਦ, ਪਿਛਲੇ 20-25 ਸਾਲ ਤੋਂ ਵਜਾ ਨਾ ਅਕਾਲੀ ਦਲ ਨਾ BJP ਇੰਨੀ ਬਹੁਮਤ ਨਾ ਆਈ ਆ, ਔਰ ਇਹ ਸਾਡਾ ਵਿਕਾਸ ਦਾ ਮੁੱਖ ਜਿਹੜਾ ਏਜੰਡਾ ਸੀ ਉਹਦੇ ਆਧਾਰ 'ਤੇ ਹੀ ਇੰਨੀ ਬਹੁਮਤ ਸਾਨੂੰ ਮਿਲੀ। ਵਿਕਾਸ ਕਰ ਰਹੇ ਹੋ, ਬਹੁਤ ਸਾਰਾ ਪਿੰਡਾਂ 'ਚ ਗ੍ਰਾਂਟਾਂ ਵੀ ਜਾਰੀ ਕਰ ਰਹੇ ਹੋ, ਅਤੇ ਉਹਨਾਂ ਗ੍ਰਾਂਟਾਂ ਦੇ ਜਿਹੜੀ ਜਾਰੀ ਕਰਦੇ ਆ, ਕਿਤੇ ਕਿਤੇ ਇਹ ਗੱਲ ਆਉਂਦੀ ਹੈ ਰਾਜੂ ਸਾਹਿਬ ਕਿ ਇਕੱਲੇ ਕਾਂਗਰਸ ਦੇ ਜਿਹੜੀਆਂ ਆਪਾਂ ਜਿੱਤੀਆਂ ਵਿਕਾਸ ਉਹਨਾਂ ਦਾ ਹੋ ਰਿਹਾ ਕਿ ਸਮੁੱਚੇ ਤੌਰ 'ਤੇ ਹੋ ਰਿਹਾ? ਦੇਖੋ, ਮੈਂ ਤੁਹਾਡੇ ਚੈਨਲ ਥਰੂ ਸਾਰਿਆਂ ਨੂੰ ਦੱਸਦਾ ਚਾਹੁੰਦਾ ਵੀ ਸਾਡਾ ਮੁੱਖ ਏਜੰਡਾ ਵਿਕਾਸ। 1.5 ਸਾਲ ਹੋਇਆ ਸਰਕਾਰ ਨੂੰ, ਹਰੇਕ ਪਿੰਡ ਦੇ ਵਿੱਚ ਅਸੀਂ ਜਾ ਕੇ ਲੋਕ ਸੁਵਿਧਾ ਕੈਂਪ ਲਾਏ, ਸਰਕਾਰ ਤੁਹਾਡੇ ਪਿੰਡ। ਅੱਗੇ ਕੋਈ ਵੀ ਕੰਮ ਹੁੰਦਾ ਸੀ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਸੀ, ਹੁਣ ਅਸੀਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਧੀਨ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕੈਂਪ ਲਾਇਆ। ਜਦੋਂ ਕੈਂਪ ਲਾਇਆ ਉਹਦੇ ਵਿੱਚ ਚਾਹੇ ਕੋਈ BJP ਦਾ ਆਇਆ, ਚਾਹੇ ਅਕਾਲੀ ਦਲ ਦਾ ਆਇਆ, ਚਾਹੇ BSP ਦਾ ਆਇਆ, ਚਾਹੇ ਕਿਸੇ ਨਾਲ ਵੀ ਸੰਬੰਧਿਤ ਕਿਉਂ ਨਹੀਂ, ਅਸੀਂ ਉਹਨਾਂ ਦੇ ਫਾਰਮ ਭਰੇ ਆ। ਸਾਡੇ ਮਨ 'ਚ ਕੋਈ ਨਹੀਂ ਹੈਗੀ ਇੱਦਾਂ ਦੀ, ਸਾਡਾ ਮੇਨ ਏਜੰਡਾ ਵਿਕਾਸ। ਔਰ ਸਾਡੇ ਕਦੀ ਵੀ ਨਹੀਂ ਇਹ ਹੋਇਆ, ਪੰਚਾਇਤਾਂ ਜਿਹੜੀਆਂ ਸਾਡੇ 'ਚ ਆਈਆਂ 23 ਪੰਚਾਇਤਾਂ ਹੀ, ਉਹ ਸਾਡਾ ਕੰਮ ਦੇਖ ਕੇ ਆਈਆਂ, ਔਰ ਅਸੀਂ ਸਾਡਾ ਮੁੱਖ ਏਜੰਡਾ ਵੀ ਆ ਵਿਕਾਸ ਬਸ। ਤੁਸੀਂ ਜਿਸ ਤਰ੍ਹਾਂ ਹੁਣੇ ਗੱਲ ਕੀਤੀ ਵਿਕਾਸ ਦੀ ਗੱਲ ਕੀਤੀ ਹੈ, ਕੁਛ ਪੰਚਾਇਤਾਂ ਦੀਆਂ ਪਿੰਡਾਂ ਨੇ ਜਿਹੜਾ ਹੈ ਟੋਟਲ ਤੌਰ 'ਤੇ ਸਮੁੱਚੇ ਤੌਰ 'ਤੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ, ਕੀ ਇਹਦੇ ਪਿੱਛੇ ਇਹੀ ਗੱਲ ਹੈ ਕਿ ਉਹ ਸਿਰਫ ਪਿੰਡ ਦੇ ਵਿਕਾਸ ਲਈ ਕੀਤਾ ਕਿ ਕੁਛ ਹੋਰ ਕਾਰਨ ਵੀ? ਨਹੀਂ, ਪਿੰਡ ਦਾ ਵਿਕਾਸ ਲਈ ਆ ਸਾਡਾ ਤਾਂ ਕੰਮ, ਅਸੀਂ ਕਿਸੇ ਨੂੰ ਕੋਈ ਸ਼ਰਤ ਨਹੀਂ। ਦੇਖੋ, 23 ਪੰਚਾਇਤਾਂ ਜੁਆਇਨ ਹੋਈਆਂ, ਕਿਸੇ ਨੂੰ ਵੀ ਪੁੱਛ ਸਕਦੇ ਤੁਸੀਂ ਵੀ ਤੁਹਾਡੇ 'ਤੇ ਕੋਈ ਦਬਾਅ ਪੋਲੀਟੀਕਲ ਦਬਾਅ, ਨਾ ਕੋਈ, ਨਾ ਮੇਰਾ ਨਾ ਮੇਨ ਤਾਂ। ਮੈਂ ਇੱਕੋ ਗੱਲ ਦੱਸਦਾ ਵੀ ਸਾਡਾ ਏਜੰਡਾ ਵਿਕਾਸ, ਵਿਕਾਸ, ਵਿਕਾਸ। ਵਿਕਾਸ ਦਾ ਏਜੰਡਾ ਕਾਂਗਰਸ ਪਾਰਟੀ ਦਾ ਏਜੰਡਾ, ਵਿਕਾਸ ਦਾ ਏਜੰਡਾ ਫਗਵਾੜਾ ਦੇ ਸਾਬਕਾ MLA ਜੋਗਿੰਦਰ ਸਿੰਘ ਮਾਨ ਦਾ ਏਜੰਡਾ, ਫਗਵਾੜਾ ਇਹ ਜਿਹੜਾ ਏਜੰਡਾ ਹੈ ਵਿਕਾਸ ਦਾ, ਕੈਪਟਨ ਅਮਰਿੰਦਰ ਸਿੰਘ ਦਾ ਏਜੰਡਾ, ਉਸੇ ਏਜੰਡੇ 'ਤੇ ਸਾਡੇ ਫਗਵਾੜਾ ਦੀ ਦਿਹਾਤੀ ਕਾਂਗਰਸ ਪਾਰਟੀ ਜਿਹੜੀ ਕੰਮ ਕਰ ਰਹੀ ਹੈ, ਅਤੇ ਇਸੇ ਦਾ ਰਿਜ਼ਲਟ ਜਿਹੜਾ ਹੈ ਕਿ ਲਗਾਤਾਰ ਪਿੰਡਾਂ 'ਚ ਵਿਕਾਸ ਵੀ ਹੋ ਰਿਹਾ ਹੈ। ਰਾਜੂ ਜੀ, ਮੈਨੂੰ ਦੱਸੋਗੇ ਕਿ ਅਗਲੀਆਂ 2019 ਦੇ ਵਿੱਚ ਲਗਭਗ ਹੋ ਸਕਦਾ ਦਸੰਬਰ 'ਚ ਹੀ ਆ ਜਾਣ, ਅਤੇ ਪੰਚਾਇਤ ਇਲੈਕਸ਼ਨਾਂ ਵੀ ਡਿਕਲੇਅਰ ਹੋਣ ਵਾਲੀਆਂ, ਤੁਸੀਂ ਉਹਦੇ ਲਈ ਤਿਆਰ ਹੋ? ਬਿਲਕੁਲ ਤਿਆਰ ਹਾਂ ਜੀ, 100% ਤਿਆਰ ਹਾਂ। ਅਸੀਂ ਪੂਰੀ ਸਾਡੀ ਤਿਆਰੀ ਆ, ਚਾਹੇ ਉਹ ਪੰਚਾਇਤੀ ਚੋਣਾਂ, ਚਾਹੇ 2019 ਦੀਆਂ ਚੋਣਾਂ ਹੈ ਲੋਕ ਸਭਾ ਦੀਆਂ, ਸਾਡੀ ਪੂਰੀ ਤਿਆਰੀ ਆ। ਅਸੀਂ ਬਹੁਮਤ ਨਾਲ ਜਿੱਤਣੀਆਂ ਪੰਚਾਇਤਾਂ ਵੀ, ਔਰ ਨਾਲੇ ਜਿਹੜੀ ਪੰਚਾਇਤੀ ਚੋਣ ਹੁੰਦੀ ਉਹਦੇ ਕੋਲ ਪਾਰਟੀ ਦਾ ਸਿੰਬਲ ਨਹੀਂ ਹੁੰਦਾ, ਇਹ ਹੁੰਦਾ ਵੀ ਚਲੋ ਕਾਂਗਰਸ ਹੀ ਖੜਾ ਕਰ ਦਿੰਦੇ, ਅਕਾਲੀ ਦਲ BJP ਖੜਾ ਕਰ ਦਿੰਦੇ, ਪਰ ਸਾਡਾ ਜਿਹੜਾ ਏਜੰਡਾ ਇਹ ਆ ਵਿਕਾਸ, ਔਰ ਵਿਕਾਸ ਦੇ ਨਾਂ 'ਤੇ ਜਿਹੜਾ ਸਾਡਾ ਕੈਂਡੀਡੇਟ ਸਰਪੰਚੀ ਦਾ ਖੜਾ ਹੋਊਗਾ। ਬਹੁਮਤ ਨਾਲ ਹੋ ਗਿਆ 91 ਪੰਚਾਇਤਾਂ, ਪਿਛਲੀ ਵਾਰੀ 90 ਪੰਚਾਇਤਾਂ, ਹੁਣ ਇੱਕ ਪੰਚਾਇਤ ਵਧੀ ਆ, 91 ਪੰਚਾਇਤਾਂ ਹੋ ਗਈਆਂ, 91 ਦੀਆਂ 91 ਪੰਚਾਇਤਾਂ ਅਸੀਂ ਜਿੱਤਣੀਆਂ। ਮੈਂ ਜਦੋਂ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਵੀ ਹੋਈਆਂ ਸੀ, ਉਹਨਾਂ ਵਿੱਚ ਵੀ ਕਿਹਾ ਸੀ ਵੀ 20 ਦੀਆਂ 20 ਬਲਾਕ ਸਮਿਤੀ ਔਰ 2 ਜ਼ਿਲ੍ਹਾ ਪ੍ਰੀਸ਼ਦ ਜਿੱਤਣੀਆਂ, ਔਰ ਉਹਦੇ ਵਿੱਚ ਕੁਛ ਸੀਟਾਂ ਦੀ ਚਲੋ ਸਾਡੇ ਅਸੀਂ ਜਿਹੜੀ ਕਮੀ ਆ ਵੀ 5 ਸੀਟਾਂ ਹਾਰੇ ਹਾਂ, ਅਸੀਂ ਉਹਦੇ ਬਾਰੇ ਸੋਚਿਆ। ਹੁਣ ਅਸੀਂ ਪੰਚਾਇਤਾਂ ਦੇ ਬਾਰੇ ਜਿਹੜੀ ਮੀਟਿੰਗ ਸਾਡੀ ਹੋ ਗਈ, ਮੇਰੇ ਜਿਹੜੇ ਸੀਨੀਅਰ ਹੈਗੇ ਮੇਰੇ ਸਲਾਹਕਾਰ, ਸਾਰਿਆਂ ਨਾਲ ਸਲਾਹ ਕਰਕੇ ਪੰਚਾਇਤੀ ਚੋਣਾਂ ਵੀ ਔਰ ਲੋਕ ਸਭਾ ਸਾਡੀ ਤਿਆਰੀ ਹੈ ਜੀ। ਜਿਸ ਤਰ੍ਹਾਂ ਦਲੀਪ ਰਾਜੂ ਦੱਸਿਆ ਕਿ ਪਾਰਟੀ ਬਿਲਕੁਲ ਤਿਆਰ ਹੈ, ਭਾਵੇਂ ਇਲੈਕਸ਼ਨ ਦਸੰਬਰ 'ਚ ਹੋ ਜਾਣ, ਭਾਵੇਂ ਜਨਵਰੀ 'ਚ ਹੋ ਜਾਣ, ਅਤੇ ਇਹਦੇ ਪਿੱਛੇ ਰੀਜ਼ਨ ਵੀ ਹੈ ਕਿ ਵਿਕਾਸ ਦਾ ਮੁੱਦਾ ਹੈ ਕਾਂਗਰਸ ਪਾਰਟੀ ਨੇ ਲਿਆ। ਤੁਸੀਂ ਰਾਜੂ ਜੀ ਕੀ ਮਹਿਸੂਸ ਕਰਦੇ ਹੋ ਕਿ ਤੁਹਾਡਾ ਮੁਕਾਬਲਾ ਪੰਚਾਇਤੀ ਇਲੈਕਸ਼ਨ 'ਚ ਕਿਸ ਪਾਰਟੀ ਨਾਲ ਹੋਏਗਾ? ਸਾਡਾ ਤਾਂ ਕਿਸੇ ਨਾਲ ਮੁਕਾਬਲਾ ਹੀ ਹੈ ਨਹੀਂ ਜੀ, ਮੈਂ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਤਾਂ ਆਪਣਾ ਹੀ ਘਰ ਨਹੀਂ ਸਾਂਭਿਆ ਜਾਂਦਾ, ਤਾਂ ਸਾਡਾ ਉਹਨਾਂ ਨਾਲ ਕੀ ਮੁਕਾਬਲਾ ਹੋਣਾ, ਅਤੇ BJP ਦਾ ਉੱਦਾਂ ਹੀ ਤੁਹਾਨੂੰ ਪਤਾ ਹੀ ਜੋ ਹੈ ਜੀ, ਉਹਨਾਂ ਦੀ ਆਪਣੀ ਲੜਾਈ ਕਰਕੇ ਫਗਵਾੜਾ ਨਰਕ ਭੋਗ ਰਿਹਾ। ਸਭ ਤੋਂ ਵੱਡਾ ਕਾਰਨ ਆ ਪੁਲ ਦਾ, ਜਿਹੜਾ ਸ਼ਹਿਰ ਵਾਸੀਆਂ ਲਈ ਇੱਕ ਕਲੰਕ ਲੱਗ ਚੁੱਕਾ, ਔਰ ਸਾਂਪਲਾ ਆਉਂਦਾ ਟੈਂਡਰ ਦਾ ਲੌਸ ਕਰ ਜਾਂਦਾ, ਜੋ ਨਰਕ ਭੋਗ ਰਿਹਾ ਉਹ ਸ਼ਹਿਰ ਵਾਸੀਆਂ ਨੂੰ, ਉਹ ਆਪਣੀ ਰਾਜਨੀਤੀ ਖੇਡ ਰਹੇ ਆ। ਅਸੀਂ ਬਹੁਤ ਜਲਦੀ ਉਹਦੇ ਖਿਲਾਫ਼ ਵੀ ਲੋਕਾਂ ਦੇ ਜੋ ਰੋਸ ਆ ਉਹਦੇ ਲਈ ਐਕਸ਼ਨ ਲੈ ਕੇ ਸ਼ਾਇਦ ਅਸੀਂ ਕੋਈ ਵੱਡਾ ਸਟੈਪ ਚੱਕੀਏ। ਤੁਸੀਂ ਰਾਜੂ ਜੀ ਗੱਲ ਕੀਤੀ ਵਿਕਾਸ ਦੀ, ਬਹੁਤ ਅੱਛੀ ਗੱਲ ਹੈ, ਕਾਂਗਰਸ ਪਾਰਟੀ ਵਿਕਾਸ ਕਰ ਰਹੀ ਹੈ, ਪਰ ਇੱਕ ਦੋ ਮੁੱਦੇ ਐਸੇ ਆ ਜਿਨ੍ਹਾਂ ਨੂੰ ਹਾਲੇ ਤੱਕ ਕੈਪਟਨ ਸਰਕਾਰ ਨੇ ਟੱਚ ਵੀ ਨਹੀਂ ਕੀਤਾ। ਜਿਸ ਤਰ੍ਹਾਂ ਜਦੋਂ ਕੈਪਟਨ ਸਰਕਾਰ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਹਰ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਮੋਬਾਈਲ ਪ੍ਰੋਵਾਈਡ ਕਰਾਂਗੇ, ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਪਿੱਛੇ ਜੇ ਵੀ ਹੁਣੇ LPU ਦੇ ਵਿੱਚ ਵੀ ਕੈਂਪ ਲੱਗਾ, ਪਰ ਬੜਾ ਸ਼ੋਰਟ, ਬੜੇ ਥੋੜ੍ਹੀ ਗਿਣਤੀ ਦੇ ਵਿੱਚ ਜਿਹੜੀ ਹੈਗਾ ਉਹ ਨੌਜਵਾਨ ਸਿਲੈਕਸ਼ਨ ਹੋ ਰਹੀ ਹੈ।
ਅਤੇ ਕੀ ਇਹਤੇ ਵੀ ਸਰਕਾਰ ਕੁਛ ਕੰਮ ਕਰ ਰਹੀ ਕਿ ਜਲਦੀ ਜਿਹੜੀ ਡਿਮਾਂਡ ਹੈ ਆਮ ਜਿਹੜੀ ਨੌਜਵਾਨਾਂ ਦੀ ਮੰਗ ਸੀ ਜਾਂ ਨੌਜਵਾਨਾਂ ਲਈ ਜਿਹੜਾ ਉਸ ਵੇਲੇ ਇਲੈਕਸ਼ਨ ਵੇਲੇ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਹੋ ਜਾਏਗਾ? ਬਿਲਕੁਲ ਹੋਊਗਾ ਜੀ। ਦੇਖੋ ਸਰਕਾਰ ਨੇ ਵਾਅਦਾ ਕੀਤਾ ਚੋਣ ਮੈਨੀਫੈਸਟੋ, 5 ਸਾਲ ਦਾ ਟਾਈਮ ਹੈ ਸਰਕਾਰ ਤੋਂ। ਜਦੋਂ ਸਰਕਾਰ ਆਈ ਆ, ਅਕਾਲੀ ਦਲ BJP ਨੇ ਜੋ ਪਤਾ ਵੀ ਸ਼ਹਿਰ ਦਾ ਜਾਂ ਪੰਜਾਬ ਦਾ ਸਿਰਫ ਅਤੇ ਸਿਰਫ ਇੱਕ ਸੀ ਚਿੱਟਾ ਵਿੱਚ ਵਿਕਾਸ ਹੋਣਾ ਕੋਈ ਨਹੀਂ। ਪਿੱਛੇ 15 ਸਾਲ ਅਸੀਂ ਸੋਚਦੇ ਹਾਂ, ਉਹ 10 ਸਾਲ ਰਾਜ ਕਰੇ, 15 ਸਾਲ ਸੋਚਦੇ ਪੰਜਾਬ ਪਿੱਛੇ ਚੱਲ ਗਿਆ। ਅਸੀਂ ਉਹਨੂੰ ਲੀਹਾਂ 'ਤੇ ਲਿਆਉਣ ਲਈ ਜਿਹੜਾ ਜਿਹੜਾ ਵਾਅਦਾ ਕੀਤਾ ਚੋਣ ਉਹ ਪੂਰਾ ਹੋਊਗਾ। ਜੇ ਗੱਲ ਕਰੀਏ ਫਗਵਾੜੇ ਦੀ, ਫਗਵਾੜੇ ਦੇ ਵਿੱਚ 772 ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ। ਪਹਿਲੀ ਕਿਸ਼ਤ ਜਿਹੜੀ ਹੋਈ ਸੀ 2.5 ਏਕੜ ਦੇ ਥੱਲੇ ਵਾਲੇ, 4,58,00,000 ਰੁਪਇਆ। ਜੇ ਪਿੰਡਾਂ ਦੀ ਗੱਲ ਕਰੀਏ, ਪਿੰਡਾਂ ਦੇ ਵਿੱਚ 163 ਕਿਲੋਮੀਟਰ ਪਹਿਲਾਂ ਮਨਜ਼ੂਰ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਆ ਰੋਡ, ਜਿਹੜੇ 10 ਸਾਲਾਂ 'ਚ ਇਹਨਾਂ ਨੇ ਰੋਡ ਦਾ ਪੁੱਛਿਆ ਹੀ ਕੋਈ ਨਹੀਂ। ਮੈਂ ਪਿੰਡਾਂ ਨੂੰ ਬਿਲੋਂਗ ਕਰਦਾ, ਇੱਕ ਰੋਡ ਬਣਿਆ ਮੈਨੂੰ ਦੱਸ ਦੇਣ ਅਕਾਲੀ ਦਲ BJP ਵਾਲੇ ਵੀ ਅਸੀਂ ਆਹ ਰੋਡ ਬਣਾਇਆ। ਮੈਂ ਉਹਨਾਂ ਕੋਲ ਬਹਿਸ ਕਰਨ ਨੂੰ ਵੀ ਇਸ ਟੋਪਿਕ 'ਤੇ ਤਿਆਰ ਹਾਂ। ਉਹਦੇ ਲਈ 18,72,00,000 ਰੁਪਇਆ ਮਨਜ਼ੂਰ ਹੋਇਆ। ਉਸ ਤੋਂ ਬਾਅਦ 63 ਕਿਲੋਮੀਟਰ ਹੋਰ ਮਨਜ਼ੂਰ ਕਰਾਇਆ ਮਾਨ ਸਾਹਿਬ ਨੇ, 10 ਕਰੋੜ ਰੁਪਈਏ ਦੇ ਕਰੀਬ ਹੋਰ ਹੋ ਗਿਆ। ਜੇ ਗੱਲ ਕਰੀਏ ਉਸ ਤੋਂ ਇਲਾਵਾ ਆਟਾ ਦਾਲ ਸਕੀਮ ਸੀ ਜਾਂ ਪੈਨਸ਼ਨਾਂ, ਪੈਨਸ਼ਨਾਂ ਦਾ ਅਸੀਂ ਪਿੰਡਾਂ 'ਚ ਕੈਂਪ ਲਾਏ ਲੋਕਾਂ ਨੂੰ, ਸਾਰਿਆਂ ਨੂੰ ਹੁਣ ਸਰਟੀਫਿਕੇਟ ਬਹੁਤ ਜਲਦੀ KG ਵੰਡੇ ਵੀ ਆ, ਹੋਰ ਵੀ ਰਹਿੰਦੇ ਜਿਹੜੇ ਉਹ ਵੀ ਕਰਨਾ, ਉਹ ਵੀ ਕੀਤਾ। ਨੀਲੇ ਕਾਰਡ ਸੀ ਕੱਟ ਹੋਏ 7,000, ਇਹਨਾਂ ਨੇ ਵੋਟਾਂ ਕਰਕੇ ਲੈਣ ਕਰਕੇ ਉੱਦਾਂ ਹੀ ਲੋਕਾਂ ਨੂੰ ਕਹਿ ਤੇ ਦਾਣੇ ਦੇ ਤੇ, ਪਰ ਉਹ ਕਾਰਡ ਕਿਸੇ ਦੇ ਨਹੀਂ ਬਣੇ ਸੀ। ਪਰ ਅਸੀਂ ਉਹ ਸਾਰੇ ਪਿੰਡਾਂ 'ਚ ਜਾ ਕੇ ਕੈਂਪ ਲਾਏ, 7,000 ਦੇ ਕਰੀਬ ਜਿਹੜੇ ਕਾਰਡ ਕੱਟੇ ਗਏ ਸੀ ਉਹਨਾਂ ਨੂੰ ਜ਼ਿਆਦਾ ਕਰਕੇ ਅਸੀਂ ਜਿਹੜੇ ਪਿੰਡਾਂ ਦੇ 12,000 ਦੇ ਕਰੀਬ ਕਾਰਡ ਬਣ ਗਏ। ਜੇ ਉਸ ਤੋਂ ਇਲਾਵਾ ਕਰੀਏ ਗੱਲ ਆਪਾਂ ਪਿੰਡਾਂ ਦੇ ਛੱਪੜਾਂ ਦੀ, 41 ਛੱਪੜ ਮਨਜ਼ੂਰ ਕਰਾਏ ਆ ਮਾਨ ਸਾਹਿਬ ਨੇ ਪਿੰਡਾਂ ਦੀ ਸਫਾਈ, ਤੁਹਾਡੇ ਪਤਾ ਹੀ 1-2 ਦਿਨ ਪਹਿਲਾਂ ਹੀ ਓਪਨਿੰਗ ਕੀਤੀ ਕਿਰਪਾਲਪੁਰ ਕਲੋਨੀ। ਉਸ ਤੋਂ ਇਲਾਵਾ 14 ਪਾਰਕਾਂ ਬਣ ਰਹੀਆਂ, ਉਹ ਵੀ ਅੱਜ ਅਸੀਂ ਓਪਨਿੰਗ ਕਰਨੀ ਹੈ ਕਿਸ਼ਨਪੁਰ ਜਾ ਕੇ। 14 ਪਾਰਕਾਂ ਬਣ ਰਹੀ ਆ, 10 ਸਟੇਡੀਅਮ ਬਣ ਰਹੇ ਆ। ਪਿੰਡਾਂ ਦੇ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ। ਜੇ ਗੱਲ ਕੀਤੀ ਤੁਸੀਂ ਮੋਬਾਈਲਾਂ ਦੀ, ਮੋਬਾਈਲ ਵੀ ਸਰਕਾਰ ਨੇ ਵਾਅਦਾ ਕੀਤਾ ਬਹੁਤ ਜਲਦੀ ਦੇ ਰਹੀ ਆ। ਔਰ ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਨੌਜਵਾਨਾਂ ਵੀਰਾਂ ਨਾਲ ਵਾਅਦਾ ਕੀਤਾ ਨੌਕਰੀ ਦਾ, ਫੋਨਾਂ ਦਾ, ਉਹ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੱਕ ਵਾਅਦਾ ਪੂਰਾ ਕਰਨਾ ਅਤੇ ਹੋਣਾ ਵੀ ਆ। ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਆ, ਚਾਹੇ ਕਿਸਾਨ ਆ, ਚਾਹੇ ਵਪਾਰੀ ਆ, ਚਾਹੇ ਕੋਈ ਮਜ਼ਦੂਰ ਆ ਵੀਰ ਮੇਰਾ, ਜਿੰਨੇ ਵੀ ਜੋ ਜੋ ਵਾਅਦੇ ਕੀਤੇ ਇੱਕ ਇੱਕ ਪੂਰਾ ਹੋਣਾ। ਫਗਵਾੜੇ ਦੇ ਵਿੱਚ ਮੈਂ ਤੁਹਾਨੂੰ ਵਿਕਾਸ ਦੇ ਨਾਂ ਸਾਰੇ ਗਿਣਾ ਤੇ ਆ, ਸ਼ਹਿਰ ਦੇ ਜਿਹੜੇ ਉਹ ਸ਼ਹਿਰ ਬਾਰੇ ਦੱਸ ਸਕਦੇ, ਮੈਂ ਪਿੰਡਾਂ ਦੇ ਤੁਹਾਨੂੰ ਸਾਰੀ ਡਿਟੇਲ ਦਿੱਤੀ। ਜਿਹੜੇ ਹੋਰ ਵੀ ਕੰਮ ਆ ਉਹ ਵੀ ਕਰਨੇ, ਜਿਹੜਾ ਵਾਅਦਾ ਕੀਤਾ ਸੀ, ਚਾਹੇ ਸਾਡੀ ਬਦਕਿਸਮਤੀ ਹੈ 2017 ਹਾਰ ਗਏ, ਪਰ ਲੋਕਾਂ ਨੂੰ ਮਹਿਸੂਸ ਨਹੀਂ ਹੋ ਰਿਹਾ। ਅਸੀਂ ਅੱਜ ਵੀ ਸਰਦਾਰ ਜੋਗਿੰਦਰ ਸਿੰਘ ਮਾਨ ਨੂੰ MLA ਮੰਨਦੇ ਹਾਂ ਔਰ ਪਿੰਡਾਂ ਦਾ ਸ਼ਹਿਰਾਂ ਦਾ ਵਿਕਾਸ ਚੰਗੀ ਪੱਧਰ 'ਤੇ ਹੋ ਰਿਹਾ। ਬਹੁਤ ਅੱਛੀ ਗੱਲ ਹੈ ਕਿ ਪਿੰਡਾਂ ਦਾ ਵਿਕਾਸ ਵੀ ਹੋ ਰਿਹਾ, ਵਿਕਾਸ ਚੱਲ ਰਿਹਾ ਔਰ ਆਉਣ ਵਾਲਾ ਸਮਾਂ ਵੀ ਜਿਹੜਾ ਹੈ ਉਹ ਨਜ਼ਰ ਆ, ਜਿਸ ਤਰ੍ਹਾਂ ਰਾਜੂ ਨੇ ਦੱਸਿਆ ਕਿ ਪਿੰਡਾਂ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ। ਤਾਂ ਇਹ ਸਾਡੀ ਟੂਨ ਚੈਨਲ ਵੀ ਦੁਆ ਕਿ ਵਿਕਾਸ ਹੋਣਾ ਚਾਹੀਦਾ, ਲੋਕਾਂ ਦੀ ਭਲਾਈ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਸਰਕਾਰ ਹੈ। ਰਾਜੂ ਜਾਨਿਆਂ ਦੇ ਇੱਕ ਸਵਾਲ ਮੇਰੇ ਮਨ 'ਚ ਜਹਿਨ 'ਚ ਆਇਆ ਹੁਣੇ ਹੁਣੇ ਕਿ ਜਦੋਂ ਕਾਂਗਰਸ ਪਾਰਟੀ ਸਰਕਾਰ ਆਈ ਸੀ, ਕੈਪਟਨ ਜੀ ਨੇ ਚਾਰਜ ਸੰਭਾਲਿਆ, 1.5 ਸਾਲ ਦੇ ਲਗਭਗ ਜਿਹੜਾ ਹੈ ਬੜਾ ਰੌਲਾ ਪਿਆ ਕਿ ਚਿੱਟਾ ਜੀ, ਆਤਮ ਹੱਤਿਆ ਬੜੀਆਂ ਹੋਈਆਂ, ਲੋਕ ਮਰੇ ਬਹੁਤ, ਨੌਜਵਾਨ ਬੜੇ ਮਰੇ, ਲੇਕਿਨ ਅੱਜ ਉਹ ਗੱਲ ਨਜ਼ਰ ਨਹੀਂ ਆ ਰਹੀ। ਉਹ ਕੀ ਕਾਰਨ ਹੈ ਕਿ ਉਹ ਸਾਲ ਦਾ ਬੜਾ ਰੌਲਾ ਪਿਆ ਕਿ ਇਹ ਜੀ ਨਸ਼ੇ ਨਾਲ ਮਰ ਗਏ, ਨਸ਼ੇ ਨਾਲ ਮਰ ਗਏ, ਓਪੋਜੀਸ਼ਨ ਦੀ ਵੀ ਰੌਲਾ ਸੀ ਅਤੇ ਅੱਜ ਉਹ ਨਸ਼ਾ ਜਿਹੜਾ ਹੈ ਦੇ ਨਜ਼ਰ ਆ ਰਿਹਾ ਕਿ ਕੰਟਰੋਲ ਹੋਇਆ ਥੋੜ੍ਹਾ ਬਹੁਤਾ, ਲੇਕਿਨ ਉਨਾ ਕੰਟਰੋਲ ਤਾਂ ਪੂਰਾ ਨਹੀਂ ਹੋ ਸਕਦਾ, ਕਿਤੇ ਵੀ ਨਹੀਂ ਹੋਏਗਾ, ਕੋਸ਼ਿਸ਼ ਹੈ ਉਹਨਾਂ ਦੀ, ਲੇਕਿਨ ਇਹਦੇ ਵਿੱਚ ਕੀ ਕਾਰਨ ਸੀ ਕਿ ਉਹ ਸਾਲ ਕੁ ਰੌਲਾ ਪਿਆ ਹੁਣ ਜਿਹੜਾ ਉਹ ਤਕਰੀਬਨ ਗੱਲ ਖਤਮ ਹੋ ਰਹੀ ਹੈ? ਦੇਖੋ 10 ਸਾਲ ਦੇ ਬੂਟਾ ਲੱਗਾ, ਹੌਲੀ ਹੌਲੀ ਉਹਨੂੰ ਛਾਂਗਣਾ ਵੱਢਣਾ, ਇਹ ਤਾਂ ਤੈਨੂੰ ਵੀ ਪਤਾ ਟਾਈਮ ਲੱਗਣਾ। 70% ਮੈਂ ਮੰਨਦਾ ਵੀ ਨਸ਼ਾ ਪੰਜਾਬ 'ਚੋਂ ਖਤਮ ਹੋ ਗਿਆ। ਜਿਹੜੀਆਂ ਮੌਤਾਂ ਹੋਣ ਦਾ ਕਾਰਨ ਸੀ ਵੀ ਉਹਨਾਂ ਨੂੰ ਨਸ਼ਾ ਨਹੀਂ ਵਿਚਾਰਿਆਂ ਨੂੰ ਮਿਲਿਆ, ਉਹ ਜਿਹੜੇ ਡੋਜ਼ 'ਤੇ ਲੱਗੇ ਸੀ ਉਹ ਨਹੀਂ ਮਿਲ ਰਿਹਾ ਸੀ, ਕੋਈ ਟੀਕੇ ਲਾਉਣ ਲੱਗ ਪਿਆ, ਕੋਈ ਕੁਛ ਲੈਣ ਲੱਗ ਪਿਆ ਮੈਡੀਸਨ, ਉਹਨਾਂ ਦੀ ਮੌਤ ਹੋ ਗਈ। ਪਰ ਤੁਸੀਂ ਅੱਜ ਦੇਖੋ, ਅੱਜ ਹੈ ਕੋਈ ਆਇਆ ਕੋਈ ਤੁਹਾਡੀ ਚੈਨਲ 'ਚ ਜਾਂ ਕਿਸੇ ਦੇ ਸਾਹਮਣੇ ਵੀ ਨਸ਼ੇ ਨਾਲ ਕਿਸੇ ਦੀ ਮੌਤ ਹੋਈ? ਇਹਦਾ ਮਤਲਬ ਕਿ ਨਸ਼ੇ ਨੂੰ ਬਹੁਤ ਠੱਲ ਪਈ ਆ। ਤੁਸੀਂ ਇੰਟੈਲੀਜੈਂਸੀ ਰਿਪੋਰਟ ਲੈ ਲਓ, ਚਾਹੇ ਕੋਈ ਵੀ ਲੈ ਲਓ, ਪੰਜਾਬ ਦੇ ਵਿੱਚ 70% ਨਸ਼ਾ ਜਿਹੜਾ ਉਹ ਖਤਮ ਹੋਇਆ। ਔਰ ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਵੱਡੀ ਪ੍ਰਾਪਤੀ ਆ, 30% ਵੀ ਜਿਹੜੇ ਮਗਰਮੱਛ ਰਹਿ ਗਏ ਆ ਉਹਨਾਂ ਨੂੰ ਵੀ ਬਹੁਤ ਜਲਦੀ ਫੜ ਲਿਆ ਜਾਊਗਾ। ਪਿਛਲੇ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਰੱਖਿਆ ਅਤੇ ਉਦੋਂ ਜਿਹੜਾ ਕਿ ਰੇਤਾ ਬਜਰੀ ਸੀਮੈਂਟ ਲੁਪਤ ਹੀ ਹੋ ਗਿਆ ਸੀ, ਤਕਰੀਬਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ। ਮਾਈਨਿੰਗ ਦੀ ਗੱਲ ਚੱਲੀ ਆ, ਮਾਈਨਿੰਗ ਹੋ ਰਹੀ ਸੀ, ਇਹ ਹੋ ਰਹੀ ਸੀ,
ਅਤੇ ਹੁਣ ਇਹਨਾਂ ਨੇ ਵੀ ਰੌਲਾ ਫਿਰ ਪਾਇਆ ਜੀ ਮਾਈਨਿੰਗ ਕਾਂਗਰਸ ਕਰ ਰਹੀ ਹੈ, ਪਾਰਟੀ ਕਰ ਰਹੀ ਹੈ। ਇਹ ਮਾਈਨਿੰਗ ਜਿਹੜੀ ਹੋਈ ਹੈ ਜਾਂ ਰੇਤਾ ਬਜਰੀ ਜਿਹੜੇ ਬਿਲਕੁਲ ਖਤਮ ਹੀ ਹੋ ਗਿਆ ਸੀਗਾ, ਉਹਦੇ ਬਾਰੇ ਤੁਹਾਡੀ ਪਾਰਟੀ ਨੇ ਆ ਕੇ ਕੀ ਕੀਤਾ ਔਰ ਕੀ ਕਰ ਰਹੀ? ਦੇਖੋ ਜਦੋਂ ਅਕਾਲੀ BJP ਸਰਕਾਰ 'ਚ ਇਹ ਕਹਾਵਤ ਸੀ ਵੀ ਆਟਾ ਸਸਤਾ ਰੇਤਾ ਮਹਿੰਗਾ, ਪਰ ਹੁਣ ਤਾਂ ਨਹੀਂ ਇਹ ਕੋਈ ਕਹਿੰਦਾ, ਹੁਣ ਇਹ ਕਹਿੰਦੇ ਆ ਵੀ ਰੇਤਾ ਸਸਤਾ ਅਤੇ ਆਟਾ ਮਹਿੰਗਾ। ਠੀਕ ਹੈ, ਸਰਕਾਰ ਨੇ ਬਹੁਤ ਕਿਹਾ ਤੈਨੂੰ ਕਿ ਬਹੁਤ। ਦੇਖੋ ਜਿਹੜਾ ਕੰਮ ਆ ਕੋਈ ਵੀ ਗਲਤ ਹੋ ਜਾਂਦਾ ਉਹਦੇ ਪੈਰ ਵਸਾਏ ਹੁੰਦੇ ਬਹੁਤ ਲੰਬੇ, ਉਹਨੂੰ ਟਾਈਮ ਲੱਗਦਾ। ਸੰਗਤ ਨੇ ਸਾਨੂੰ ਲੋਕਾਂ ਨੇ ਚੁਣਿਆ, ਅਸੀਂ ਉਹਨੂੰ ਟਾਈਮ ਜੋ ਵੀ ਵਾਅਦਾ ਕੀਤਾ। ਹੁਣ ਰੇਤਾ ਵੀ ਬਹੁਤ ਡਾਊਨ ਚੱਲ ਗਿਆ, ਜਿਹੜੀ ਪੋਲਿਸੀ ਕੈਬਨਿਟ ਨੇ ਕਰ ਦਿੱਤੀ ਆ ਰੇਤਾ ਮੇਰੇ ਕਰੀਬ ਕੋਈ 5-6 ਹਜ਼ਾਰ ਨੂੰ ਟਰਾਲੀ ਮਿਲਣ ਲੱਗ ਪੈਣੀ ਆ। ਇਹ ਬਿਲਕੁਲ ਜਿਹੜਾ ਵਾਅਦਾ ਕੀਤਾ ਅਸੀਂ ਤੁਹਾਨੂੰ ਪਹਿਲਾਂ ਕਹਿਤਾ, ਮਾਈਨਿੰਗ ਦਾ ਚਾਹੇ ਕੁਛ ਵੀ ਆ, ਚਾਹੇ ਕੋਈ ਵੀ ਆ MLA ਚਾਹੇ ਕੋਈ ਲੀਡਰ ਆ ਚਾਹੇ ਕੋਈ ਅਫਸਰ ਆ, ਕੋਈ ਨਹੀਂ ਬਖਸ਼ਿਆ ਜਾਣਾ, ਇੱਥੇ ਠੱਲ ਪਾਈ ਜਾਊਗੀ। ਔਰ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਬੜਾ ਪ੍ਰਦੂਸ਼ਿਤ ਹੈ, ਚਾਹੇ ਉਹ ਪੋਲੀਟੀਕਲ ਤੌਰ 'ਤੇ ਕਹਿ ਲਓ ਚਾਹੇ ਉਹ ਨੈਚੁਰਲ ਤੌਰ 'ਤੇ ਕਹਿ ਲਓ, ਕਿਉਂਕਿ ਇਹ ਜਿਹੜਾ ਪ੍ਰਦੂਸ਼ਿਤ ਵਾਤਾਵਰਨ ਪਿੰਡਾਂ 'ਚ, ਅਸੀਂ ਜਿੱਦਾਂ ਸ਼ਹਿਰਾਂ 'ਚ ਅਸੀਂ ਕਹਿ ਰਹੇ ਵੀ ਬ੍ਰਿਕਸ਼ ਲਗਾ ਦਿਓ, ਦਰੱਖਤ ਲਗਾ ਦਿਓ, ਤੁਸੀਂ ਪਿੰਡਾਂ 'ਚ ਵਾਤਾਵਰਨ ਸੰਭਾਲ ਲਈ ਕੀ ਕਰ ਰਹੇ ਹੋ? ਪਿੰਡਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 550 ਸਾਲਾਂ ਆ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਜੋ ਸੁਲਤਾਨਪੁਰ ਦੀ ਧਰਤੀ 'ਤੇ ਪੰਜਾਬ ਪੱਧਰ 'ਤੇ ਕੀ ਵਰਲਡ ਪੱਧਰ 'ਤੇ ਮਨਾਇਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਵੀ ਹਰੇਕ ਪਿੰਡ ਦੇ ਵਿੱਚ 550 ਪੌਦਾ ਲਾਇਆ ਜਾਵੇ ਵਾਤਾਵਰਨ। ਨੰਬਰ 2 'ਤੇ ਜਿਹੜਾ 41 ਛੱਪੜ ਆ ਉਹ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਆ, ਉਹਦੇ 3 ਪਹਾੜ ਬਣਾਏ ਗਏ ਆ। ਪਹਿਲਾ ਪਾਣੀ ਜਿਹੜਾ ਗੰਦ ਗਿਆ ਉਹ ਰੁਕੂਗਾ। ਉਸ ਤੋਂ ਅੱਗੇ ਮੈਂ ਇੱਕ ਅਪੀਲ ਤੁਹਾਡੇ ਚਰਨਾਂ ਕਰਨਾ ਚਾਹੁੰਦਾ, ਪਿੰਡਾਂ ਵਾਲਿਆਂ ਨੂੰ ਚਾਹੇ ਸ਼ਹਿਰ ਵਾਲੇ ਵੀ ਮੇਰੇ ਵੀਰ, ਵੀ ਜਿਹੜੇ ਮੋਮ ਜਾਮੇ ਦੇ ਲਿਫਾਫੇ ਆ ਉਹਨਾਂ ਨੂੰ ਨਾ ਸਿੱਟੋ, ਇਸ ਕਰਕੇ ਕਿ ਉਹ ਬਲੌਕ ਕਰਦੇ ਆ, ਛੱਪੜ 'ਚ ਜਾਂਦਾ ਤਾਂ ਉਹ ਤਾਂ ਵੀ ਨੁਕਸਾਨ ਆ, ਅਤੇ ਜੇ ਨਾਲੀਆਂ 'ਚ ਜਾਂ ਸੀਵਰੇਜ 'ਚ ਜਾਂਦਾ ਉਹਦਾ ਨੁਕਸਾਨ ਆ। ਇੱਕ ਅਪੀਲ ਸਰਕਾਰ ਨੇ ਇਹ ਆ ਵੀ ਪੋਲੋਥੀਨ ਵੈਸੇ ਬੰਦ ਹੀ ਹੋਣਾ ਚਾਹੀਦਾ, ਕਿਉਂਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਕਿਤੇ ਵੀ ਮੈਂ ਨਹੀਂ ਦੇਖਿਆ ਪੋਲੋਥੀਨ, ਜੇ ਹੋਊਗਾ ਤਾਂ ਉਹਨੂੰ ਕਵਰ ਕਰਦੇ, ਉਹਨਾਂ ਦੀ ਹੁੰਦੀ ਪੋਲਿਸੀ, ਸਰਕਾਰ ਇਹਦੀ ਵੀ ਪੋਲਿਸੀ ਲਾਊ। ਪਰ ਅਸੀਂ ਪਿੰਡਾਂ ਦੇ ਵਿੱਚ 550 ਹਰੇਕ ਪਿੰਡ ਦੇ ਵਿੱਚ ਪੌਦਾ ਲਗਾ ਰਹੇ ਹਾਂ ਮਨਰੇਗਾ ਦੇ ਅਧੀਨ, ਉਹਦੇ ਨਾਲ ਇਹ ਜਿਹੜੇ 41 ਛੱਪੜ ਮਨਜ਼ੂਰ ਕਰਾਏ ਆ ਸਫਾਈ ਲਈ, ਉਸ ਦੇ ਨਾਲ ਇਹ ਜਿਹੜੇ ਬਾਕੀ ਪਿੰਡ ਰਹਿ ਗਏ ਆ ਛੱਪੜਾਂ ਲਈ ਉਹ ਵੀ ਬਹੁਤ ਜਲਦੀ ਕੀਤੇ ਜਾਣਗੇ। ਰਾਜੂ ਜੀ, ਕੈਪਟਨ ਸਰਕਾਰ ਬਣ ਗਈ 2 ਸਾਲ ਹੋ ਗਏ ਲਗਭਗ, ਹੁਣ ਫਿਰ ਇਲੈਕਸ਼ਨ ਦੌਰ ਆ ਗਿਆ, ਪੰਚਾਇਤ ਇਲੈਕਸ਼ਨ ਦੀ ਤਿਆਰੀ ਤੁਸੀਂ ਕਹਿੰਦੇ ਬਹੁਤ ਤਿਆਰੀ ਸਾਡੀ, ਅਤੇ ਅਸੀਂ 91 ਦੀ 91 ਪੰਚਾਇਤਾਂ ਜਿੱਤਣੀਆਂ, ਅਤੇ ਆਉਣ ਵਾਲੇ ਸਮੇਂ 'ਚ ਪਾਰਲੀਮੈਂਟ ਦੀ ਇਲੈਕਸ਼ਨ ਵੀ ਆ ਰਹੀ ਹੈ। ਜਿਸ ਤਰ੍ਹਾਂ ਹੁਣ ਸਾਪਲਾ ਜੀ ਜਿਹੜੇ ਆ BJP ਵੱਲੋਂ ਆਪਣਾ ਪ੍ਰਚਾਰ ਕਰ ਰਹੇ ਆ, ਪਰ ਇਹ ਕਮੀ 'ਚ ਨਜ਼ਰ ਆਈ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਹਾਲੇ ਨਜ਼ਰ ਨਹੀਂ ਆ ਰਿਹਾ, ਇਹਦੇ ਬਾਰੇ ਤੁਸੀਂ ਕਹੋਗੇ ਕਿਹੜਾ ਜਿਹੜਾ ਸਾਡਾ ਮੈਂਬਰ ਪਾਰਲੀਮੈਂਟ ਜਿਹੜਾ ਕਾਂਗਰਸ ਪਾਰਟੀ ਵੱਲੋਂ ਇਸ ਹੁਸ਼ਿਆਰਪੁਰ ਕੋਨਸਟੀਟਿਊਸ਼ਨ ਦਾ ਰਿਹਾ? ਦੇਖੋ ਉਹ ਆ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ, ਉਹ ਲੋਕਾਂ 'ਚ ਵਿਚਰਦੇ ਆ। ਸਾਡੀ ਪਾਰਟੀ ਜਿਹੜਾ ਵੀ ਹਾਈਕਮਾਂਡ ਸਾਨੂੰ ਲੋਕ ਸਭਾ ਦਾ ਉਮੀਦਵਾਰ ਦਊਗੀ ਅਸੀਂ ਜਿੱਤਣੀ ਆ। ਔਰ 2019 ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ, ਕਿਉਂਕਿ 4.5 ਸਾਲ ਇੰਨੀ ਜੁਮਲੇਬਾਜ਼ੀ ਕੀਤੀ ਆ, ਅੱਛੇ ਦਿਨ ਤਾਂ ਨਹੀਂ ਆਏ, ਪਰ ਲੋਕਾਂ ਦਾ ਜੋ ਦੁਆਲਾ ਇਹਨਾਂ ਨੇ ਕੱਢ ਦਿੱਤਾ। ਪਰ ਸਾਡੀ ਇਹੀ ਆ ਅਪੀਲ ਵੀ ਇਹਨਾਂ ਦੀ ਜੁਮਲੇਬਾਜ਼ੀ ਤੋਂ ਬਚੋ ਔਰ 2019 ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਓ ਔਰ ਹਿੰਦੁਸਤਾਨ ਦਾ ਵਿਕਾਸ ਕਰਾਓ। ਕਾਂਗਰਸ ਪਾਰਟੀ ਵੱਲੋਂ ਦਲਜੀਤ ਰਾਜੂ ਜੀ ਦਰਵੇਸ਼ ਪਿੰਡ, ਜਿਹੜਾ ਕਿ ਸਾਡੇ ਫਗਵਾੜਾ ਦੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਹੈ, ਅਸੀਂ ਉਹਨਾਂ ਨੂੰ ਹੁਣੇ ਤੁਹਾਡੀ ਗੱਲਬਾਤ ਕਰਵਾਈ ਹੈ, ਔਰ ਉਹਨਾਂ ਦੀ ਪਾਰਟੀ ਦਾ ਔਰ ਉਹਨਾਂ ਦਾ ਵੀ ਇਹੀ ਕਹਿਣਾ ਕਿ ਕਾਂਗਰਸ ਪਾਰਟੀ ਵਿਕਾਸ 'ਤੇ ਵਿਸ਼ਵਾਸ ਕਰਦੀ ਹੈ, ਨਾ ਕਿ ਜੁਬਲੇਬਾਜ਼ੀ ਵਿਸ਼ਵਾਸ ਕਰਦੀ ਹੈ। ਆਉਣ ਵਾਲਾ ਸਮਾਂ ਜਿਹੜਾ ਹੈ ਉਹਨਾਂ ਦਾ ਵੀ ਕਹਿਣਾ, ਅਪੀਲ ਕੀਤੀ ਹੈ ਉਹਨਾਂ ਨੇ ਜਨਤਾ ਨੂੰ ਕਿ ਰਾਹੁਲ ਗਾਂਧੀ ਨੂੰ ਅਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਾਂ, ਔਰ ਪੰਜਾਬ ਦੇ ਵਿੱਚ ਵੀ ਕਾਂਗਰਸ ਸਰਕਾਰ ਜਿਹੜੀ ਹੈ ਉਹ ਬਿਹਤਰੀਨ ਕੰਮ ਕਰ ਰਹੀ ਹੈ, ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕੀਤੇ ਜਾਣਗੇ। ਸੋ ਇਸ ਵਾਅਦੇ ਦੇ ਨਾਲ ਹੀ ਰਾਜੂ ਦਲਜੀਤ ਰਾਜੂ ਜੀ ਦੇ ਵਿਸ਼ਵਾਸ ਦੇ ਨਾਲ ਹੀ ਅਸੀਂ ਟੂਨ ਚੈਨਲ ਵੱਲੋਂ ਰਾਜੂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਰਜੀਮਾਂ 'ਚੋਂ ਸਾਡੇ ਲਈ ਟਾਈਮ ਕੱਢਿਆ ਔਰ ਜਨਤਾ ਦੇ ਰੂਬਰੂ ਹੋਏ। ਇੱਕ ਵਾਰ ਫਿਰ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।